ਨਵੀਂ ਪੀੜ੍ਹੀ ਦੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਕਿ ਵਾਦ ਵਿਵਾਦ ਦੇ ਨਾਲ ਸ਼ੁਰੂ ਤੋਂ ਹੀ ਗੂੜਾ ਰਿਸ਼ਤਾ ਹੈ ਤੇ ਹੁਣ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਇੱਕ ਵੱਡੇ ਵਿਵਾਦ ਵਿੱਚ ਫਸ ਚੁੱਕੇ ਹਨ। ਦੱਸ ਦਈਏ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਲੀਕ ਹੋਇਆ ਜੋ ਕਿ ਆਉਣ ਵਾਲੀ ਫਿਲਮ ਦਾ ਹੈ, ਜਿਸ ਵਿੱਚ ਕਿ ਉਹਨੇ ਮਾਈ ਭਾਗੋ ਦਾ ਜ਼ਿਕਰ ਕੀਤਾ ਤੇ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਸਿੱਧੂ ਮੂਸੇਵਾਲੇ ਉੱਤੇ FIR ਵੀ ਦਰਜ ਕਰਵਾ ਦਿੱਤੀ ਗਈ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਾਈਵ ਹੋਏ, ਜਿਸ ਤੋਂ ਬਾਅਦ ਕਿ ਉਹਨਾਂ ਪੂਰੇ ਮਾਮਲੇ ਲਈ ਸਾਰੀ ਸਿੱਖ ਸੰਗਤ ਤੋਂ ਮਾਫ਼ੀ ਮੰਗੀ। ਕੀ ਕਹਿ ਰਹੇ ਹਨ ਸਿੱਧੂ ਮੂਸੇਵਾਲਾ, ਆਓ ਦੇਖਦੇ ਹਾਂ ਉਹਨਾਂ ਦੇ ਇਸ ਲਾਈਵ ਵਿੱਚ। ਐਕਚੁਅਲ ਦੇ ਵਿੱਚ ਬਈ ਆਪਣਾ ਕੱਲ੍ਹ ਪਰਸੋਂ ਗਾਣਾ ਲੀਕ ਹੋਇਆ ਸੀ ਨਾ ਅੜੂ ਮੁਟਿਆਰਾਂ ਫਿਲਮ ਦਾ, ਅਤੇ ਉਹਦੇ ਵਿੱਚ ਇੱਕ ਪੈਰਾ ਸੀ ਜਿਹੜਾ, ਅਤੇ ਮੈਨੂੰ ਸਾਰੇ ਪਾਸੇ ਮੈਸੇਜ ਪੋਸਟਾਂ ਪਈਆਂ ਵੀ ਸਿੱਧੂ ਨੇ ਗਲਤ ਕੀਤਾ। ਹਾਂਜੀ, ਮੇਰੇ ਤੋਂ ਗਲਤੀ ਹੋ ਸਕਦੀ ਹੈ ਜੀ, ਮੇਰੀ ਗਲਤੀ ਹੈ, ਠੀਕ ਹੈ ਨਾ। ਚਲੋ ਮੈਂ ਕਹਿੰਦਾ ਵੀ ਮੈਂ ਬਹੁਤ ਮੇਰੇ ਤੋਂ ਅਣਜਾਣੇ 'ਚ ਹੋਈ ਹੈ ਭੁੱਲ, ਜੋ ਵੀ ਹੋਇਆ, ਪਰ ਮੈਂ ਕੋਈ ਮੇਰਾ ਕੁਛ ਇੱਦਾਂ ਦਾ ਮੋਟਿਵ ਨਹੀਂ ਸੀ ਵੀ ਮੈਂ ਕਿਸੇ ਨੂੰ ਹਰਟ ਕਰਾਂ ਜਾਂ ਕੁਛ ਵੀ ਉੱਦਾਂ ਦਾ, ਠੀਕ ਹੈ। ਮੇਰਾ ਕੁਛ ਮੀਨਿੰਗ ਕੁਛ ਹੋਰ ਸੀ ਗੱਲ ਕਹਿਣ ਦਾ, ਪਰ ਉਹ ਹੁਣ ਗਲਤ ਤਰੀਕੇ ਨਾਲ ਗੱਲ ਜੁੜ ਗਈ ਵੀ ਇੱਦਾਂ ਇੱਦਾਂ ਕਰਕੇ ਅਪਮਾਨ ਕੀਤਾ। ਜੇ ਮੈਂ ਅਪਮਾਨ ਕੀਤਾ ਜੀ, ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਆ ਕੇ ਆਪਾਂ ਕਹਿੰਦੇ ਵੀ ਮੈਂ ਮਾਫ਼ੀ ਕਹਿੰਦਾ, ਮਾਫ਼ੀ ਮੰਗਦਾ ਸਾਰਿਆਂ ਤੋਂ, ਪਰ ਮੇਰਾ ਕੋਈ ਇੱਦਾਂ ਦਾ ਮੋਟਿਵ ਨਹੀਂ ਸੀਗਾ ਵੀ ਮੈਂ ਕੁਛ ਕਿਸੇ ਹੈ ਨਾ ਵੀ ਮਾਈ ਭਾਗੋ ਜੀ ਦਾ ਕੁਛ ਮੈਂ ਡਿਸਰਿਸਪੈਕਟ ਕਰਨੀ ਹੈ ਜਾਂ ਕੁਛ ਹੋਰ ਹੈ, ਪਰ ਮੇਰਾ ਕੁਛ ਤਰੀਕਾ, ਮੈਂ ਕੁਛ ਹੋਰ ਕਹਿਣਾ ਚਾਹੁੰਦਾ ਸੀ, ਪਰ ਉਹ ਗਲਤ ਤਰੀਕੇ ਨਾਲ ਕਿਸੇ ਨਾਲ ਹੋਰ ਕਿਸੇ ਨੇ ਪਾਤੀ, ਕਿਵੇਂ ਪਾਈ ਹੈ ਕਿਵੇਂ ਨਹੀਂ ਪਾਈ ਹੋਣਾ। ਮੈਂ ਹਜੇ ਹੁਣ ਸਵੇਰੇ ਹੀ ਉੱਠਿਆ ਸੀ ਅਤੇ ਮੈਂ ਜਦੋਂ ਦੇਖਿਆ ਫੋਨ 'ਤੇ ਵੀ ਇੱਦਾਂ ਕਰਕੇ, ਮੈਂ ਮੰਨਦਾ ਜੀ ਮੇਰੇ, ਜੇ ਤੁਹਾਨੂੰ ਕਿਤੇ ਕਿਸੇ ਚੀਜ਼ ਤੋਂ ਇਤਰਾਜ਼ ਵੀ ਹੈ ਵੀ ਜੇ ਮੈਂ ਕੁਛ ਗਲਤ ਕੀਤਾ ਤਾਂ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਰਿਪਲੇਸ ਪਹਿਲਾਂ ਹੀ ਕੱਢ ਦੂੰਗਾ ਗਾਣੇ ਦੇ ਵਿੱਚੋਂ, ਪਰ ਮੈਨੂੰ 1% ਵੀ ਜਾਂ ਕੁਛ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਵੀ ਜਾਂ ਮੈਂ ਕਿਸੇ ਨਾਲ ਕੁਛ ਇੱਦਾਂ ਦੀ ਕੋਈ ਗੱਲ ਨਾਲ ਮੇਰੇ ਨਾਲ ਕੋਈ ਹਰਟ ਹੋ ਜਾਏ, ਕੁਛ ਨੈਗੇਟਿਵ ਮੀਨਿੰਗ ਨਿਕਲੂਗਾ ਮੇਰੇ ਨਾਲ। ਯਾਨੀ ਕਿ ਇਹ ਚੀਜ਼ਾਂ ਹੁੰਦੀਆਂ ਨੇ ਨਹੀਂ ਬਈ, ਕੋਈ ਚੱਕਰ ਵਾਲੀ ਗੱਲ ਨਹੀਂ। ਜੇ ਤੁਹਾਨੂੰ ਕਿਸੇ ਚੀਜ਼ ਦਾ ਬੁਰਾ ਵੀ ਲੱਗਿਆ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ, ਮੈਂ ਉਹਨੂੰ ਰਿਮੂਵ ਕਰ ਦੂੰਗਾ। ਦੂਜੀ ਗੱਲ ਜੀ, ਆਪਾਂ ਬਹੁਤ ਸਿੱਧੇ ਸਾਧੇ ਲੋਕ ਹਾਂ ਨਾ, ਐਡੇ ਅਸੀਂ ਵੀ, ਮੈਂ ਤਾਂ ਇੰਨਾ ਕਾਬਜ ਆਪਾਂ ਨੂੰ ਛੋਟਾ ਸਮਝਦਾ ਵੀ ਮੈਂ ਕਦੇ ਧਾਰਮਿਕ ਮੁੱਦਿਆਂ ਦੇ ਵਿੱਚ ਕਦੇ ਈਵਨ ਵੀ, ਯਾਨੀ ਕਿ ਆਪਾਂ ਕਿਸੇ ਨੂੰ ਬੋਲਣਾ ਤਾਂ ਦੂਰ ਦੀ ਗੱਲ ਵੀ, ਮੈਂ ਕਦੇ ਉਸ ਚੀਜ਼ ਦੇ ਨੇੜੇ ਦੀ ਵੀ ਨਹੀਂ ਲੰਘਦਾ ਜੇ ਕੋਈ ਇੱਦਾਂ ਦਾ ਇਸ਼ੂ ਹੁੰਦਾ ਨਾ ਵੀ ਆਪਾਂ ਪਹਿਲਾਂ ਹੀ ਕਹਿ ਦੇ, ਕਿਉਂਕਿ ਆਪਣੀ ਉਸ ਹਿਸਾਬ ਨਾਲ ਮਤਲਬ ਬਹੁਤ ਛੋਟੀ ਹੈ ਵੀ ਆਪਾਂ ਕਿਸੇ ਨਾਲ ਬਹਿ ਸਕੀਏ ਇਹਨਾਂ ਮੁੱਦਿਆਂ 'ਤੇ ਵੀ ਇੱਦਾਂ ਨਹੀਂ ਜੀ ਇੱਦਾਂ ਹੈ ਨਾ ਇੱਦਾਂ ਨਹੀਂ ਇੱਦਾਂ, ਤਾਂ ਕਰਕੇ ਆਪਾਂ ਕਦੇ ਇਹ ਚੀਜ਼ਾਂ ਦੇ ਵਿੱਚ ਪੈਂਦੇ ਨਹੀਂ ਹੈਗੇ, ਕਿਉਂਕਿ ਬਹੁਤ ਛੋਟੀ ਜਿਹੀ ਫੈਮਿਲੀ ਹੈ ਅਤੇ ਬਹੁਤ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿਕਲ ਕੇ ਆਏ ਅਸੀਂ ਹੈ ਨਾ, ਅਤੇ ਨਾ ਹੀ ਆਪਣਾ ਕਦੇ ਉੱਥੇ, ਸਾਡਾ ਮਕਸਦ ਸਿਰਫ ਆਪਣੇ ਹਨਾ ਦੋ ਆਪਣੇ ਮਾਪਿਆਂ ਤੱਕ, ਆਪਣੀ ਰੋਟੀ ਤੱਕ, ਠੀਕ ਹੈ, ਆਪਣੇ ਵਾਹਿਗੁਰੂ ਤੱਕ ਹੁੰਦਾ। ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਕੌਣ ਕਿਹਦੇ ਨਾਲ ਕੀ ਕਹਿੰਦਾ ਜਾਣਾ, ਪਰ ਆਪਾਂ ਨਾ ਹੀ ਕਦੇ ਇਹਨਾਂ ਮੁੱਦਿਆਂ ਦੇ ਵਿੱਚ ਆਏ ਹਾਂ ਅਤੇ ਨਾ ਹੀ ਆਪਾਂ ਨੇ ਕਦੇ ਦਿਮਾਗ ਦੇ ਵਿੱਚ ਕਦੇ ਵੀ ਇਹੋ ਜਿਹੀ ਗੱਲ ਹੁੰਦੀ ਹੈ ਵੀ ਜਾਂ ਆਪਾਂ ਕਦੇ ਕਿਸੇ ਨੂੰ ਡਿਸਰਿਸਪੈਕਟ ਕਰੀਏ, ਖਾਸ ਕਰਕੇ ਰਿਲੀਜੀਅਸ ਮੁੱਦਿਆਂ ਦੇ ਵਿੱਚ ਵਿੱਚ ਹੈ ਨਾ। ਦੂਜੀ ਗੱਲ ਵੀਰੇ ਹੈ ਨਾ, ਉਹ ਜਿਹੜਾ ਗਾਣਾ ਹੈਗਾ ਅੜੋ ਮੁਟਿਆਰਾਂ, ਉਹ ਇੱਕ ਯਾਨੀ ਕਿ ਕੁੜੀ ਦੀ ਸੈਕਟਰ ਨੂੰ ਰੀਪ੍ਰਜੈਂਟ ਕਰਦਾ ਨਾ, ਉਹਦੇ 'ਚ ਸਿਰਫ ਉਹ ਪੈਰਾ ਇਹ ਕਹਿ ਰਿਹਾ ਵੀ ਆਸ਼ਕੀ ਨਹੀਂ ਕੀਤੀ ਰਾਹ ਜਾਂਦੇ ਨਾ, ਉਹ ਕਹਿੰਦੇ ਵੀ ਮੈਂ ਉਸ ਗਲਤ ਕੰਮ ਨਹੀਂ ਕੀਤੇ, ਮੈਂ ਸ਼ੁਰੂ ਤੋਂ ਹੀ ਸੰਸਕਾਰੀ ਪਰਿਵਾਰ ਦੇ ਵਿੱਚੋਂ ਆਈ ਹਾਂ। ਬੇਸ਼ੱਕ ਮੰਨਦੇ ਹਾਂ ਵੀ ਅੱਜ ਮਾਡਰਨ ਦੇਖ ਦੇ ਅਕੋਰਡਿੰਗ ਮੈਂ ਤੈਨੂੰ ਇਹ ਲੱਗਦੀ ਹੋਊਂਗੀ ਵੀ ਮੈਂ ਮਾਡਰਨ ਆ ਜਾਂ ਕੁਛ ਹੋਰ ਹਾਂ, ਪਰ ਮੇਰੇ ਸੰਸਕਾਰ ਹੈ ਜੋ ਸੋਚ ਹੈ ਅਤੇ ਲੋੜ ਪੈਣ 'ਤੇ ਮੈਂ ਮਾਈ ਭਾਗੋ ਜੀ ਵਾਂਗੂ ਤਲਵਾਰ ਵੀ ਚੱਕ ਸਕਦੀ ਹਾਂ। ਮੇਰਾ ਕਹਿਣ ਦਾ ਸਿਰਫ ਇੰਨਾ ਮੀਨਿੰਗ ਸੀ, ਨਾ ਮੈਂ ਉਹਦੇ 'ਚ ਮਾਈ ਭਾਗੋ ਜੀ ਨੂੰ ਡਿਸਰਿਸਪੈਕਟ ਕੀਤਾ, ਕਿਸੇ ਨੂੰ ਵੀ ਮੇਰਾ ਤਾਂ ਇਹ ਕੋਈ ਸੈਂਸ ਹੀ ਨਹੀਂ ਬਣਦੀ ਮੈਂ ਕਿਸੇ ਨੂੰ ਡਿਸਰਿਸਪੈਕਟ ਕਰਾਂ ਹੈ ਨਾ। ਪਰ ਉਹੀ ਗੱਲ ਹੋ ਗਈ ਵੀ ਥੋੜ੍ਹੀ ਜਿਹੀ ਗੱਲ ਨੈਗੇਟਿਵ ਹੋ ਜਾਂਦੀ ਹੈ ਖਾਸ ਕਰਕੇ ਮੇਰੇ ਮੁੱਦੇ 'ਤੇ, ਪਰ ਮੈਂ ਫਿਰ ਵੀ ਇਹ ਨਹੀਂ ਕਹਿੰਦਾ ਵੀ ਮੇਰੀ ਕੋਈ ਗਲਤੀ ਨਹੀਂ ਜੀ। ਆਪਾਂ ਜੇ ਤੁਹਾਨੂੰ ਵੀ ਫਿਰ ਵੀ ਲੱਗਦਾ, ਆਪਾਂ ਕਹਿੰਦੇ ਜੀ ਸਿਰ ਚੁਕਾ ਕੇ ਕਹਿੰਦੇ ਸਾਰੇ ਸਾਹਮਣੇ ਕਹਿ ਕੇ, ਕੋਈ ਵੀ ਇਤਰਾਜ਼ ਨਹੀਂ ਵੀਰੇ, ਮੈਨੂੰ ਬਹੁਤ ਵੱਡੀ ਗਲਤੀ ਹੋਈ ਹੈ ਜੀ, ਆਪਾਂ ਪੈਰਾਂ ਹੀ ਲਾ ਦਿਆਂਗੇ। ਦੂਜੀ ਗੱਲ ਭਾਈ, ਗਾਣਾ ਵੀ ਨਹੀਂ ਰਿਲੀਜ਼ ਹੋਇਆ ਸੀ, ਲੀਕ ਗਾਣਾ ਸੀ, ਮੈਂ ਗਾਣੇ ਬਾਰੇ ਵੀ ਨਹੀਂ ਸੀ ਬੋਲਣਾ ਚਾਹੁੰਦਾ, ਕਿਉਂਕਿ ਅਗਲਾ ਕਹਿੰਦਾ ਵੀ ਸਾਡਾ ਡਰਾਮਾ ਕਰਦਾ ਵੀ ਰੋਜ਼ ਗਾਉਣਾ, ਐਂ ਕਿਵੇਂ ਲੀਕ ਹੋ ਜਾਂਦਾ, ਸਾਡੇ ਹੋ ਜਾਂਦੇ ਭਰਾ, ਠੀਕ ਹੈ ਨਾ। ਆਪਾਂ ਨੂੰ ਕਿਸੇ ਯਾਰ ਫੋਨ ਆਇਆ ਕਿਸੇ ਦਾ ਵੀ ਇੱਦਾਂ ਦਾ ਕਰਕੇ ਵੀ ਆਹ ਗੱਲ ਆਇਆ, ਤੁਹਾਡੇ ਮੁੰਡਾ ਤਾਂ ਕੰਜਰਖਾਨਾ ਕਰਦਾ ਫਲਾਨਾ ਕਰਦਾ, ਦੇਖੋ ਜੀ ਮੇਰੀ ਗੱਲ ਸੁਣੋ, ਤੁਹਾਡੇ ਲਈ ਸਾਡਾ ਕੰਜਰਖਾਨਾ ਹੋ ਸਕਦਾ, ਮੈਂ ਵੀ ਚਲੋ ਹੈਗਾ ਤਾਂ ਤੁਹਾਡੇ ਸਾਰਿਆਂ ਦਾ ਜਵਾਬ ਹੀ ਹਾਂ, ਠੀਕ ਹੈ ਨਾ, ਹੈਗਾ ਤੁਹਾਡੇ ਸਾਰੇ, ਜੇ ਤੁਸੀਂ ਸਾਨੂੰ ਹਿੱਸਾ ਮੰਨਦੇ ਹੋ, ਪਰ ਜੇ ਤੁਹਾਨੂੰ ਹਿੱਸਾ ਮੰਨਦੀ ਵੀ ਨਹੀਂ ਉਹ ਤਾਂ ਗੱਲ ਹੀ ਮੁੱਕ ਗਈ। ਚਲੋ ਮੰਨਦੇ ਹਾਂ ਸਾਡੇ ਕਿੱਤਾ ਹੋਰ ਹੈ, ਅਸੀਂ ਗਾਉਂਦੇ ਹਾਂ, ਸਾਡੇ 'ਚ ਵੀ ਅਣਖ, ਠੀਕ ਹੈ, ਸੰਸਕਾਰ ਨਾਮ ਦੀ ਚੀਜ਼ ਹੈਗੀ ਹੈ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਇੱਥੇ ਕੋਈ ਸਾਲਾ ਰੱਬ ਹਨਾ ਕੁੱਖੋਂ ਨਹੀਂ ਸਿੱਖ ਕੇ ਆਉਂਦਾ ਹੈ ਨਾ, ਸਾਰਾ ਕੁਛ ਇੱਥੇ ਸਾਰੇ ਸਭ ਤੋਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ। ਜੇ ਕੋਈ ਕਿਸੇ ਤੋਂ ਗਲਤੀ ਹੋ ਗਈ ਉਹਨੂੰ ਅਹਿਸਾਸ ਕਰਵਾਉਣ ਦਾ ਬਹੁਤ ਵਧੀਆ ਤਰੀਕਾ ਹੁੰਦਾ ਵੀ ਵੀਰ ਤੂੰ ਇੱਥੇ ਗਲਤ ਹੈ, ਤੂੰ ਆਹ ਗਲਤ ਕੀਤਾ,
ਉਹਦੇ ਖਿਲਾਫ਼ ਪੋਸਟਾਂ ਪਾ ਕੇ ਹੈ ਨਾ ਵੀ ਭਰਾ ਨਾ ਤਾਂ ਦੇਖ ਅੱਜ ਤੱਕ ਅਸੀਂ ਇਹ ਕਦੇ ਕੰਮ ਕੀਤਾ ਵੀਰੇ। ਚਲੋ ਠੀਕ ਹੈ, ਮੈਂ ਮੰਨਦਾ ਮੇਰੇ ਤੋਂ ਗਲਤੀ ਹੋ ਸਕਦੀ ਹੈ, ਮੈਂ ਬਹੁਤ ਆਪਾਂ ਕਹਿੰਦੇ ਵੀ ਜਮਾਂ ਸ਼ਰਮਿੰਦਾ ਜੀ, ਮੈਂ ਸੋਰੀ ਕਹਿੰਦਾ, ਪਰ ਮੇਰਾ ਕੋਈ ਮੋਟਿਵ, ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ ਵੀ ਕੀ ਮੁੱਦਾ ਸੀਗਾ ਹੈ ਨਾ, ਪਰ ਵੀ ਉੱਦਾਂ ਦੀ ਕੋਈ 0% ਗੱਲ ਸੀ ਨਾ ਵੀ ਉਹਨਾਂ ਨੂੰ ਫੋਨ ਕਰਕੇ ਕਹਿ ਲਿਆ ਪੁਰੂ ਕਹਿੰਦੇ ਅਸੀਂ ਜੀ ਫਲਾਣੇ ਕਮੇਟੀ ਤੋਂ ਬੋਲ ਰਹੇ ਹਾਂ ਜੀ, ਅਤੇ ਤੁਹਾਡਾ ਮੁੰਡਾ ਤਾਂ ਲਾਗੀ ਕੰਜਰਖਾਨੇ 'ਤੇ ਗਿਆ, ਇਹ ਫਲਾਣਾ ਧਮਕਾ ਹੈ ਨਾ, ਇੱਕ ਉਹ ਹੈ ਨਾ ਕਿਸੇ ਆਰਟਿਸਟ ਨੂੰ ਕਹਿ ਰਿਹਾ ਉਹ ਕੰਜਰੀ ਵੀ ਤੁਸੀਂ ਮਾਈ ਭਾਗੋ ਨਾਲ ਰਲਾ ਤੀ। ਦੇਖੋ ਜੀ ਮੇਰੀ ਗੱਲ ਸੁਣੋ, ਮੈਂ ਮੰਨਦਾ ਸਾਡਾ ਕਿੱਤਾ ਗਾਉਣ ਵਾਲਾ, ਠੀਕ ਹੈ, ਮੇਰੇ ਨਾਲ ਜੋ ਆਰਟਿਸਟ ਹੈ ਉਹਦਾ ਐਕਟਿੰਗ ਕਰਨ ਦਾ ਕਿੱਤਾ, ਪਰ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਲੁੱਚੇ ਹਾਂ, ਠੀਕ ਹੈ ਨਾ, ਉਹਦਾ ਮਤਲਬ ਇਹ ਨਹੀਂ ਸਾਡਾ ਪਰਿਵਾਰ ਨਹੀਂ ਹੈਗਾ, ਉਹਦਾ ਮਤਲਬ ਇਹ ਨਹੀਂ ਅਸੀਂ ਸਿੱਖ ਧਰਮ ਨੂੰ ਨਹੀਂ ਮੰਨਦੇ ਜਾਂ ਅਸੀਂ ਇਸ ਦਾ ਹਿੱਸਾ ਨਹੀਂ ਹੈਗੇ। ਕਿੱਤੇ ਤੋਂ ਕਿਸੇ ਨੂੰ ਜੱਜ ਨਾ ਕਰਿਓ, ਕੱਪੜਿਆਂ ਤੋਂ ਕਿਸੇ ਨੂੰ ਜੱਜ ਨਹੀਂ ਕਰੀਦਾ, ਇਹ ਨਹੀਂ ਪਤਾ ਹੁੰਦਾ ਜੇ ਬੰਦੇ ਦਾ ਕਿੱਤਾ ਹੋਵੇ, ਇਹ ਹੋ ਸਕਦਾ ਵੀ ਮੰਨਦੇ ਆ ਉਹ ਉਸ ਬਾਣੇ 'ਚ ਨਾ ਹੋਵੇ, ਪਰ ਕੀ ਪਤਾ ਥੋੜ੍ਹੇ ਤੋਂ ਜ਼ਿਆਦਾ ਰਿਲੀਜੀਅਸ ਹੋਵੇ ਨਾ। ਅਤੇ ਆਪਣਾ ਆਪਾਂ ਤਾਂ ਮੈਂ ਤਾਂ ਇਹ ਸ਼ੋਅ ਕਰਨੀ ਨਹੀਂ ਚਾਹੁੰਦਾ ਵੀ ਮੈਂ ਕਿੰਨਾ ਕਿਸੇ ਚੀਜ਼ ਨੂੰ ਮੰਨਦਾ ਕਿਸੇ ਨੂੰ ਨਹੀਂ ਮੰਨਦਾ, ਠੀਕ ਹੈ ਨਾ ਜੀ, ਪਰ ਇੱਕ ਗੱਲ ਕਹਿੰਦਾ ਵੀ ਮੇਰਾ ਵੀਰ ਮੰਨਦਾ ਸਾਡੇ ਤੋਂ ਗਲਤੀ ਹੋ ਸਕਦੀ ਹੈ, ਮੈਂ ਵੀ ਮੰਨਦਾ ਗਲਤੀ, ਪਰ ਹਮੇਸ਼ਾ ਪਹਿਲਾਂ ਆਪਣੀ ਸੋਚ ਸੋਚ ਕੇ ਦੇਖੋ ਮੇਰਾ ਵੀਰ, ਤੁਸੀਂ ਕਿਸੇ ਨੂੰ ਕੰਜਰ ਕਹਿੰਦੇ ਹੋ, ਕਿਸੇ ਨੂੰ ਕੰਜਰੀ ਕਹਿੰਦੇ ਹੋ, ਜਾਂ ਕਿਸੇ ਦੇ ਕਿੱਤੇ ਨੂੰ, ਕਿਸੇ ਦੀ ਰੋਟੀ ਨੂੰ ਕੰਜਰਖਾਨਾ ਕਹਿੰਦੇ ਹੋ, ਤਾਂ ਵੀ ਤੁਸੀਂ ਦੇਖ ਲਓ ਕਿੰਨੇ ਕਿੱਥੇ ਕੁ ਸੋਚਦੇ ਹੋ ਨਾ ਵੀ ਚਲੋ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਮੇਰਾ ਵੀਰ ਮਾਫ਼ੀ, ਪਰ ਆਪਣਾ 0% 0% ਵੀ ਕਿਸੇ ਨੂੰ ਵੀ ਆਪਾਂ ਹਰਟ ਕਰਨਾ ਚਾਹੁੰਦੇ, ਜੇ ਤੁਹਾਨੂੰ ਕਿਸੇ ਨੂੰ ਵੀ ਲੱਗਦਾ ਵੀ ਮੇਰੇ ਤੋਂ ਗਲਤੀ ਹੋਈ ਹੈ ਜੀ, ਹੱਥ ਜੋੜ ਕੇ ਸਿਰ ਝੁਕਾ ਕੇ ਸਾਰਿਆਂ ਤੋਂ ਮਾਫ਼ੀ ਹੈ, ਜਿਹੜਾ ਤੁਹਾਨੂੰ ਪੈਰੇ ਤੋਂ ਤਰਾਜਾ ਚੱਕ ਕੇ ਬਾਹਰ ਮਾਰਦੇ ਹਾਂ ਜੀ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਉਸ ਚੀਜ਼ ਨਾਲ, ਠੀਕ ਹੈ ਨਾ ਜੀ। ਸੋ ਹੁਣ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹੋਰ ਨਵੇਂ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ 'ਤੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ, ਚੈਨਲ ਸਤਰੰਗ, ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ .com।